ਰੱਖੇ ਆ ਕੁਝ ਸਦਨਾ ਨੌ ਥਾਲੀਆਂ ਖਾ ਗਿਆ ਤੂੰ ਦਸਵੇਂ ਨੂੰ ਫੇਰ ਆ ਗਿਆ ਖੀਰ ਖਾਣ ਤੇ ਖੰਡੂਰ ਸਾਹਿਬ ਦਾ ਇਤਿਹਾਸ ਹੈ ਤੁਹਾਡਾ ਇਹ ਸਾਰੇ ਲੋਕਾਂ ਨੇ ਉਹਦਾ ਨਾਂ ਰੱਖਤਾ ਖੀਰ ਖਾਣਾ ਸਿੱਖ ਜਿੱਧਰ ਤੁਰਿਆ ਫਿਰੇ ਖੀਰ ਖਾਣਾ ਸਿੱਖ ਆ ਗਿਆ ਇੱਕ ਦਿਨ ਸ਼ਰਮਿੰਦਾ ਜਿਹਾ ਹੋ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਚਲੇ ਗਏ ਤੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਹੁਣ ਤਾਂ ਮੈਨੂੰ ਇਹਨਾਂ ਨੇ ਕੱਢੇ ਦੇਣਾ ਹੁਣ ਨੀ ਮੈਨੂੰ ਤੁਰਨ ਫਿਰਨ ਦਿੰਦੇ ਤਾਨੇ ਮਾਰੀ ਜਾਂਦੇ ਕਿਰਪਾ ਕਰਕੇ ਮੈਨੂੰ ਕੋਈ ਸੇਵਾ ਦੱਸ ਦਿਓ ਥੋੜੀ ਬਹੁਤੀ ਕਰ ਲੈ ਕਰੋ ਮੈਨੂੰ ਸੇਵਾ ਬਖਸ਼ੋ ਸ੍ਰੀ ਗੁਰੂ ਅੰਗਦ ਦੇਵ ਜੀ ਬਹੁਤ ਖੁਸ਼ ਹੋਏ ਕਹਿੰਦੇ ਸਿੱਖਾ ਤੇਰੇ ਵਰਗਾ ਸੇਵਾਦਾਰ ਤਾਂ ਸਾਨੂੰ ਲੱਭਣਾ ਹੀ ਕੋਈ ਨਹੀਂ ਲੱਕੜੀਆਂ ਲਿਆਉਣ ਵਾਲੇ ਬਹੁਤ ਰੋਟੀਆਂ ਪਕਾਉਣ ਵਾਲੇ ਬਹੁਤ ਝਾੜੂ ਦੇਣ ਵਾਲੇ ਬਹੁਤ ਪਾਣੀ ਲਿਆਉਣ ਵਾਲੇ ਬਹੁਤ ਦਸ ਥਾਲੀਆਂ ਖਾਣ ਵਾਲਾ ਤਾਂ ਤੂੰ ਹੀ ਹੈ ਅੱਜ ਖਿਆ ਕੋਈ ਸਾਧਨਾ ਇਹ ਤਾਂ ਲੱਭਣਾ ਨਹੀਂ ਭਾਈ ਇਹ ਨਹੀਂ ਸੇਵਾ ਛੱਡਣੀ ਬਾਕੀ ਕੰਮ ਕਰਨ ਵਾਲੇ ਤਾਂ ਬਹੁਤ ਨੇ ਤਾਂ ਕੱਲਾ ਤੂੰ ਹੈ ਇਹ ਨਹੀਂ ਸੇਵਾ ਛੱਡਣੀ ਲਾਇਆ ਕਰ ਗੱਫੇ ਕਈ ਜਾਣਦੇ ਸਿੱਖਾਂ ਸੁੱਖਾਂ ਨੂੰ ਜੋਗਸ਼ ਕਹਿੰਦੇ ਹੋਰ ਸ਼ਰਮਿੰਦਾ ਜਿਹਾ ਹੋ ਗਿਆ ਚਰਨਾਂ ਤੇ ਢਹਿ ਪਿਆ ਕਹਿੰਦਾ ਮਹਾਰਾਜ ਇਹਨਾ ਕਰੋ ਸਿੱਖ ਤਾਂ ਕਹਿੰਦੇ ਸੀ ਤੁਸੀਂ ਵੀ ਉਹੀ ਗੱਲ ਕਹਿ ਤੀ ਕਿਰਪਾ ਕਰਕੇ ਮੈਨੂੰ ਸੇਵਾ ਬਖਸ਼ ਦਿਓ ਲਓ ਹੁਣ ਬਚਨ ਸੁਣਿਓ ਗੁਰੂ ਅੰਗਦ ਦੇਵ ਜੀ ਦਾ ਸਤਿਗੁਰ ਕਹਿੰਦੇ ਖੀਰ ਖਾਣਿਆ ਸਿੱਖਾ ਹੁਣ ਸੇਵਾ ਤੂੰ ਕੀ ਕਰਨੀ ਹੈ ਪਰਸੋਂ ਨੂੰ ਤਾਂ ਤੂੰ ਚੜ੍ਹਾਈ ਕਰ ਜਾਣਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਹੁਣ ਤਾਂ ਸਮਾਂ ਹੀ ਥੋੜਾ ਰਹਿ ਗਿਆ ਹੁਣ ਤਾਂ ਆਈ ਕੰਮ ਹੈ ਗੱਪਾ ਥੋੜਾ ਜਿਹਾ ਹੋਰ ਵਧਾ ਦੇ ਕਿਉਂਕਿ ਦੋ ਦਿਨ ਦਾ ਟਾਈਮ ਜਦ ਸੁਣਿਆ ਚਰਨਾਂ ਤੇ ਢਹਿ ਕੇ ਕਹਿਣ ਲੱਗਾ ਮਹਾਰਾਜ ਦੋ ਦਿਨ ਤਾਂ ਬਹੁਤ ਨੇ ਤੁਸੀਂ ਤਾਂ ਕਿਸੇ ਨੂੰ ਬਖਸ਼ਣਾ ਹੋਵੇ ਇੱਕ ਪਲ ਵਿੱਚ ਬਖਸ਼ ਦੋ ਥੋੜੀ ਤਾਂ ਦ੍ਰਿਸ਼ਟੀ ਹੈ ਅਜੇ ਤਾਂ ਤਿੰਨ ਦਿਨ ਪਏ ਨੇ ਇੱਕ ਪਲ ਵਿੱਚ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਇੱਕ ਪਲ ਵਿੱਚ ਨਿਸਤਾਰਾ ਕਰ ਦਿੱਤਾ ਐਡੇ ਵੱਡੇ ਪਾਪੀ ਦਾ ਕਿਰਪਾ ਕਰੋ ਚਰਨ ਫੜ ਕੇ ਨਾਲੇ ਡਰ ਐਸਾ ਕਦੇ ਜੁੜ ਜਾਈਏ ਇਹਦੇ ਨਾਲ ਜਪ ਤਪ ਸੰਜਮ ਧਰਮ ਨਾ ਕਮਾਇਆ ਜਪ ਕਹੀਏ ਸਹਿਜ ਜੋਗ ਤਪ ਕਹੀਏ ਕਠਿਨ ਭਗਤੀ ਸੰਜਮ ਕਹੀਏ ਸਾਮ ਦਾਮ ਸਾਰੇ ਵਿਸ਼ੇ ਵਿਕਾਰਾਂ ਤੇ ਕੰਟਰੋਲ ਦਸਾਂ ਇੰਦਰੀਆਂ ਤੇ ਉਹਨੂੰ ਕਹਿੰਦੇ ਸਾਮ ਦਾਮ ਸੰਜਮ ਜਪ ਤਪ ਸੰਜਮ ਧਰਮ ਧਰਮ ਦਾ ਅਰਥ ਹੈ ਤ੍ਰਿਕਾਸ਼ ਧਾਤੂ ਧਰਮਾ ਵੇਦ ਨੇ ਧਰਮ ਦਾ ਅਰਥ ਕੀਤਾ ਧਾਰਨ ਕਰਨ ਯੋਗ ਵਸਤੂ ਜੋ ਸ਼ੁਭ ਗੁਣ ਨੇ ਉਹ ਵੀ ਨਹੀਂ ਕੀਤੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਲੰਗਰ ਦੇ ਭਾਂਡੇ ਨਹੀਂ ਮਾਂਜੇ ਝਾੜੂ ਨਹੀਂ ਦਿੱਤਾ ਸਾਧ ਸੰਗਤ ਦੀ ਸੇਵਾ ਨਹੀਂ ਕੀਤੀ ਸੇਵਾ ਸਾਧ ਇੱਕ ਹੋਰ ਬਹੁਤ ਵੱਡਾ ਪਾਪ ਕਮਾਇਆ ਉਹ ਕਿਹੜਾ ਨਾ ਜਾਣਿਆ ਹਰ ਰਾਇਆ ਰਾਏ ਨਾਮ ਹੈ ਵੱਡੇ ਦਾ ਜੋ ਸਭ ਤੋਂ ਵੱਡਾ ਵਾਹਿਗੁਰੂ ਹੈ ਉਹਨੂੰ ਵੀ ਨਹੀਂ ਜਾਣਿਆ ਕਹਿੰਦਾ ਰੱਬ ਹੈ ਹੀ ਨਹੀਂ ਕੋਈ ਸਤਨਾਮ ਹੈਗੇ ਇੱਥੇ ਕਹਿੰਦੇ ਪਰਮਾਤਮਾ ਹੈ ਹੀ ਨਹੀਂ ਐਡਾ ਵੱਡਾ ਪਾਪ ਚਾਰ ਪਾਪ ਵੇਦ ਵਿੱਚ ਬਹੁਤ ਵੱਡੇ ਲਿਖੇ ਨੇ ਚਾਰ ਮੁੱਖ ਪਾਪ ਨੇ ਪੁਰਾਤਨ ਗ੍ਰੰਥਾਂ ਵਿੱਚ ਬ੍ਰਾਹਮਣ ਨੂੰ ਮਾਰਨਾ ਗਊ ਨੂੰ ਮਾਰਨਾ ਦੋ ਗੁਰਸਿੱਖ ਪਿਆਰੇ ਉਹ ਜੰਮ ਦੀ ਲੜਕੀ ਨੂੰ ਮਾਰਨਾ ਤਿੰਨ ਅਣਚਾਰੀ ਤੇ ਪਰਾਏ ਦਾ ਧਨ ਲੈਣਾ ਇਹ ਚਾਰ ਅਜਗਰ ਪਾਪ ਨੇ ਵੇਦ ਵਿੱਚ ਬ੍ਰਾਹਮਣ ਦਾ ਮਾਰਨਾ ਗਊ ਦਾ ਮਾਰਨਾ ਲੜਕੀ ਦਾ ਮਾਰਨਾ ਤੇ ਪਰਾਏ ਦਾ ਧਨ ਚੁਰਾਉਣਾ ਇਹਨਾਂ ਚੋਂ ਸ਼ਾਸਤਰ ਕਹਿੰਦਾ ਇੱਕ ਵੀ ਹੋ ਜਾਵੇ ਨਾ ਉਹ ਲੱਖਾਂ ਜਨਮ ਨਰਕਾਂ ਵਿੱਚ ਜਾਵੇਗਾ ਉਹਨੇ ਜਨਮ ਵੀ ਮਨੁੱਖ ਨਹੀਂ ਮਿਲਣਾ ਇਹ ਚਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੋ ਕਦੇ ਇਕੱਠੇ ਲਿਖੇ ਹੋਏ ਚਾਰੇ ਇਕੱਠੇ ਹੀ ਤੇ ਮੇਰੇ ਬਾਬੇ ਨਾਨਕ ਨੇ ਕਹਿ ਤਾ ਚਾਰ ਕਰਨ ਦੀ ਲੋੜ ਨਹੀਂ ਇੱਕੋ ਕਰਨੀ ਬਥੇਰਾ ਚਾਰਾਂ ਦੇ ਬਰਾਬਰ ਪੜ੍ਹੋ ਬਾਣੀ ਵਿੱਚ ਬ੍ਰਹਿਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਚਾਰੇ ਇਕੱਠੇ ਹੀ ਲਿਆ ਤੇ ਬਾਬੇ ਨਾਨਕ ਨੇ ਇੱਕੋ ਦੁੱਖ ਵਿੱਚ ਬ੍ਰਹਿਮਣ ਬ੍ਰਾਹਮਣ ਦਾ ਮਾਰਨਾ ਕੈਲੀ ਗਊ ਦਾ ਮਾਰਨਾ ਕੰਜਕਾ ਬੱਚੀ ਦਾ ਮਾਰਨਾ ਇਹਨੂੰ ਹੋ ਗਏ ਅਣਚਾਰੀ ਕਾ ਧਾਨ ਪਰਾਇਆ ਧਨ ਜਾਂ ਸਾਧ ਸੰਗਤ ਲੁੱਟਾਂ ਖੋਹਾਂ ਦਾ ਧਨ ਖਾਣਾ ਲਓ ਹੁਣ ਕੰਨ ਖੋਲਿਓ ਜਿਹੜਾ ਕਿਹੜਾ ਜਿਹਾ ਟੀਕਾ ਲਾਇਆ ਮਹਾਰਾਜ ਨੇ ਕਿਹੜਾ ਹੈ ਸਤਿਗੁਰ ਕਹਿੰਦੇ ਚਾਰ ਕਰਨ ਦੀ ਲੋੜ ਨਹੀਂ ਇਹ ਚਾਰੇ ਤੈਨੂੰ ਇਕੱਠੇ ਹੀ ਮਿਲ ਜਾਣਗੇ ਇਕੱਠੇ ਹੀ ਇੱਕ ਕਰ ਲੈ ਕਿਹੜਾ ਪਾਹੇ ਏਤੇ ਏਤੇ ਕਹੀਏ ਉੱਪਰਲੇ ਜਿਹੜੇ ਚਾਰ ਗਿਣੇ ਨੇ ਪੈ ਜਾਣਗੇ ਤੈਨੂੰ ਮਿਲ ਜਾਣਗੇ ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਜੇ ਤੂੰ ਰੱਬ ਨੂੰ ਭੁੱਲ ਗਿਆ ਚਾਰ ਕਰਨ ਦੀ ਲੋੜ ਨਹੀਂ ਬਰਾਬਰੇ ਹੋ ਗਿਆ ਅੱਜ ਕੇ ਅਖੋ ਸਤਨਾਮ ਵੇਖ ਲਓ ਬਾਣੀ ਨੇ ਖੁਲਾਸੇ ਖੋਲੇ ਆ ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਜੇ ਤੈਨੂੰ ਵਾਹਿਗੁਰੂ ਭੁੱਲ ਗਿਆ ਬ੍ਰਾਹਮਣ ਮਾਰਨ ਦੀ ਲੋੜ ਨਹੀਂ ਗਊਆਂ ਮਾਰਨ ਦੀ ਲੋੜ ਨਹੀਂ ਲੜਕੀਆਂ ਮਾਰਨ ਦੀ ਲੋੜ ਨਹੀਂ ਚੋਰੀਆਂ ਕਰਨ ਦੀ ਲੋੜ ਨਹੀਂ
ਇਹ ਚਾਰੇ ਤੈਨੂੰ ਇਕੱਠੇ ਹੀ ਮਿਲ ਜਾਣੇ ਹੈ, ਐਡਾ ਪਾਪ ਹੈ। ਇੱਕ ਹੋਰ ਸੁਣ ਲਓ, ਰੱਬ ਨੂੰ ਭੁੱਲਣਾ, ਮਹਾਰਾਜ ਦੀ ਬਾਣੀ ਨੇ ਸੁਖਮਨੀ ਸਾਹਿਬ ਪੜਿਆ ਨਾ ਕਰੋ, ਵਿਚਾਰਿਆ ਕਰੋ, ਐਸਾ ਬਚਨ ਮਹਾਰਾਜ ਨੇ ਲਿਖਿਆ ਕਿ ਲੱਖਾਂ ਸਿਆਣਪਾਂ, ਲੱਖਾਂ ਦਾਨ ਪੁੰਨ, ਲੱਖਾਂ ਗੁਣ ਤੇਰੇ ਵਿੱਚ ਹੋਣ, ਪਰ ਬਚਨ ਤਾਂ ਕਰ ਦਿੱਤਾ ਭਾਈ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਸਭ ਬਿਰਥੇ। ਤੇ ਹੋਰ ਵੀ ਬਚਨ ਬਾਣੀ ਵਿੱਚ ਆਉਣੇ ਹੈ, ਲੰਮਾ ਹੁੰਦਾ ਹੈ ਪ੍ਰਕਰਨ, ਵਾਹਿਗੁਰੂ ਦੇ ਨਾਮ ਬਿਨ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਚਾਰੇ ਪਾਪ ਜਗਰ ਮਿਲ ਜਾਣਗੇ। ਇੱਥੇ ਹੁਣ ਨਿਤ ਰਹਿ ਰਾਸ ਵਿੱਚ ਸਤਿਗੁਰ ਕਹਿ ਰਹੇ ਨੇ, ਨਾ ਜਾਣਿਆ ਹਰ ਰਾਇਆ, ਪਰਮੇਸ਼ਰ ਨੂੰ ਜਾਣਿਆ ਹੀ ਨਹੀਂ ਵੀ ਕੋਈ ਹੈਗਾ, ਨਾ ਜਪ, ਨਾ ਤਪ, ਨਾ ਸੰਜਮ, ਨਾ ਧਰਮ, ਨਾ ਵਾਹਿਗੁਰੂ ਨੂੰ ਜਾਣਿਆ। ਪਰ ਤਰੀਕਾ ਦੱਸ ਗਏ ਤੁਹਾਨੂੰ ਬਚਣ ਦਾ, ਕਹੋ ਨਾਨਕ ਹਮ, ਹਮ ਫਾਰਸੀ ਦਾ ਸ਼ਬਦ ਹੈ, ਮੈਂ ਦਾ ਬਹੁ ਵਚਨ ਹੈ, ਮੈਂ ਇੱਕ ਵਚਨ ਹੈ, ਹਮ ਬਹੁ ਵਚਨ ਹੈ, ਹਮ ਕਹੀਏ ਤਮਾਮ, ਟੋਟਲਟੀ ਤਮਾਮ ਜਿਹਨੂੰ ਸਾਰੇ ਕਹੀਏ। ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਸਾਰੇ ਔਗਣ ਮੇਰੇ ਵਿੱਚ ਹਨ, ਜਿੰਨੇ ਵੀ ਗਿਣੇ ਨੇ ਉੱਪਰ ਮੇਰੇ ਵਿੱਚ ਹਨ, ਪਰ ਸਤਿਗੁਰ ਤੇਰੇ ਤੇ ਇੱਕ ਆਸ ਹੈ, ਤੇਰੇ ਤੇ ਇੱਕ ਭਰੋਸਾ ਹੈ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਨ। ਰਾਖੋ ਦਾ ਅਰਥ ਇਹ ਨਹੀਂ ਮੰਨਣਾ ਵੀ ਅਰਦਾਸ ਕਰਨੀ ਹੈ ਮੇਰੀ ਰੱਖੋ ਲਾਜ, ਨਹੀਂ ਨਹੀਂ, ਬਹੁਤ ਗੰਭੀਰ ਸ਼ਬਦ ਹੈ, ਇਹ ਨਹੀਂ ਕਿ ਮੇਰੀ ਰੱਖੋ ਲਾਜ, ਨਹੀਂ ਨਹੀਂ, ਸ਼ਰਨ ਪਰੇ ਕੀ ਰਾਖੋ, ਹਾਹੇ ਨੂੰ ਔਂਕੜ ਹੈ। ਬਚਨ ਕਰ ਰਹੇ ਨੇ ਮਹਾਰਾਜ, ਜਿਹੜਾ ਤੇਰੀ ਸ਼ਰਨ ਆ ਜਾਵੇ ਉਹਦੀ ਰੱਖ ਲੈਣਾ, ਅੱਜ ਕੇ ਆਖੋ ਸਤਨਾਮ, ਗੁਰੂ ਤੇ ਭਰੋਸਾ ਦਿਲਾ ਰਹੇ ਨੇ, ਰਾਖੋ ਤੂੰ ਰੱਖਦਾ ਹੈ, ਤੈਨੂੰ ਕੋਈ ਫਰਕ ਨਹੀਂ, ਤੇਰੀ ਸ਼ਰਨ ਆ ਜਾਵੇ ਕੋਈ ਜੀ, ਰਾਖੋ ਸ਼ਰਮਾ ਸ਼ਰਨ ਪਰੇ ਕੀ, ਰਾਖੋ ਸ਼ਰਮਾ ਸ਼ਰਨ ਪਰੇ ਕੀ, ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰਦਾਇਆ, ਕੋ ਨਾਨਕ ਹਮ ਨੀਚ ਕਰਮਾ, ਜੀ ਰਾਖੋ ਸ਼ਰਮਾ ਸ਼ਰਨ ਪਰੇ, ਰਾਖੋ ਸ਼ਰਮਾ ਸ਼ਰਨ ਪਰੇ ਕੀ, ਉਹ ਖੀਰ ਖਾਣਾ ਸਿੱਖ ਕਹਿੰਦਾ ਮਹਾਰਾਜ ਤੁਹਾਡਾ ਸੁਭਾਅ ਹੈ, ਤੁਹਾਡਾ ਬਿਰਦ ਕਹੀਏ ਆਦਤ ਹੈ, ਸ਼ਰਨ ਪਰੇ ਕੀ ਰਾਖ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ। ਬਿਰਦ ਕਹਿੰਦੇ ਹਿੰਦੀ ਵਿੱਚ ਸੁਭਾਅ ਨੂੰ, ਨੇਚਰ, ਹੈਬਿਟ ਨੂੰ, ਤੁਹਾਡਾ ਸੁਭਾਅ ਹੈ ਜਿਹੜਾ ਆ ਜਾਵੇ ਤੁਸੀਂ ਰੱਖਦੇ ਹੋ, ਮੇਰੀ ਵੀ ਰੱਖੋ ਹੁਣ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਖੀਰ ਖਾਣੇ ਸਿੱਖਾ, ਜੇ ਤਾਂ ਪਾਪ ਬਖਸ਼ਾਉਣੇ ਹੈ ਤੈਨੂੰ ਇੱਕ ਕੰਮ ਕਰਨਾ ਪਊ। ਕਹਿੰਦਾ ਜੀ ਦੱਸੋ, ਏਦਾਂ ਕਰ ਮਹਾਰਾਜ। ਕਹਿੰਦੇ ਦੋ ਦਿਨ ਗੱਫੇ ਲਾ ਲੈ ਹੋਰ, ਅੱਜ ਅਰ ਕੱਲ, ਪਰਸੋਂ ਸਵੇਰੇ ਕਰੀ ਇਸ਼ਨਾਨ, ਜੰਗਲ ਨੂੰ ਚਲਿਆ ਜਾਈ, ਨਾਲ ਲੈ ਜਾਈ ਅੱਗ, ਲੱਕੜਾਂ ਕਰੀ ਇਕੱਠੀਆਂ, ਢੇਰ ਲਾ ਲਈ ਸੁੱਕੀਆਂ ਲੱਕੜਾਂ ਦਾ, ਤੇ ਜਦ ਢੇਰ ਲੱਗ ਜਾਵੇ ਫਿਰ ਅੱਗ ਸਲਗਾ ਦੀ ਵਿੱਚ, ਤੇ ਜਦ ਅੱਗ ਮੱਚ ਪਵੇ ਵਿੱਚ ਛਾਲ ਮਾਰ ਕੇ ਸੰਸਕਾਰ ਕਰ ਲਈ, ਤੇਰੇ ਸਾਰੇ ਪਾਪ ਕੱਟ ਲਵਾਂਗੇ, ਅੱਜ ਕੇ ਅਕੂ ਸਤ ਪਾਤਾ ਪਰਚਾ, ਆਹ ਕੰਮ ਕਰੀ। ਉਦੋਂ ਤਾਂ ਖੁਸ਼ੀ ਨਾਲ ਕਹਿਤਾ, ਕਹਿੰਦਾ ਮਹਾਰਾਜ ਪਿੱਛੇ ਤੇ ਵੀ ਤਾਂ ਫੂਕਣਾ ਹੀ ਹੈ, ਨਾਲੇ ਸਵਾਸ ਵਧਣ ਹੀ ਨਹੀਂ ਮਰਨਾ ਵੀ ਹੈ, ਜੇ ਮੇਰੇ ਇੰਨੇ ਪਾਪ ਬਖਸ਼ ਲਏ ਹੋ ਮੈਨੂੰ ਮਨਜ਼ੂਰ ਹੈ। ਲਓ ਜੀ ਤੀਜਾ ਦਿਨ ਆ ਗਿਆ, ਲੈ ਕੇ ਗੋਹਾ ਗਾਹ, ਉਦੋਂ ਆਮ ਅੱਗ ਨਹੀਂ ਸੀ ਮਿਲਦੀ, ਲੈ ਗਿਆ ਜੰਗਲ ਵਿੱਚ ਉਜਾੜ ਵਿੱਚ ਲੱਕੜਾਂ ਇਕੱਠੀਆਂ ਕੀਤੀਆਂ, ਢੇਰ ਲਾ ਲਿਆ ਤੇ ਸਲਗਾ ਲਈ ਅੱਗ।
ਨਿਊ ਨਿਊ ਅੱਗ ਮਚੇ ਆਲੇ ਦੁਆਲੇ ਗੇੜੇ ਮਾਰਦਾ ਫਿਰੀ ਜਫੇ ਚੱਕਰ ਚੁੰਡਾ ਬੰਦ ਤਾਕਦਾ ਕਿੱਥੇ ਜੀ ਕਰੇ ਛਾਲ ਮਾਰਨ ਨੂੰ ਅੱਜ ਕਿਹਾ ਕੋ ਸਾਧਨਾ ਇਹਦਾ ਕੋਈ ਵਿਲਣਾ ਹੀ ਹੁੰਦੇ ਜਿਹੜੇ ਬਈ ਕਹਿੰਦੇ ਨੇ ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ ਇਹ ਪੜ੍ਹ ਲੈਂਦੇ ਅਸੀਂ ਮੈਂ ਵੀ ਕਈ ਵਾਰ ਪੜ੍ਹਦਾ ਧਾਰਨਾ ਹੁਣ ਪਤਾ ਤਾਂ ਮੈਨੂੰ ਇਹ ਵੀ ਰਸਤੇ ਜਾਂਦੇ ਨੂੰ ਕਿੰਨਾ ਕੁ ਡਰ ਲੱਗਦਾ ਹੈ ਅੱਜ ਕਿਹਾ ਕੋ ਸਾਧਨਾ ਮੈਨੂੰ ਤਾਂ ਰਸਤੇ ਚ ਲੱਗਦਾ ਉਹ ਕਈਆਂ ਨੂੰ ਕੀਰਤਨ ਕਰਦਿਆਂ ਨੂੰ ਲੱਗਦਾ ਉਹ ਬੰਦੂਕ ਲੈ ਕੇ ਖੜਾਉਂਦੇ ਕੋਲ ਵੀ ਇੱਥੇ ਬਾਜੇ ਚ ਕਿਹੜਾ ਮੈਨ ਬੰਬ ਫਟਣ ਲੱਗੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਬੈਠੇ ਜੇ ਇੱਥੇ ਕੋਈ ਮਾਰ ਦੇਵੇ ਤੂੰ ਸ਼ੁਕਰ ਕਰ ਮਰੋ ਤਾਂ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਗੁਰੂ ਪੁੱਛੇ ਲਊਗਾ ਕੌਣ ਪਿਆ ਗੱਲ ਮੁੱਕ ਗਈ ਇੰਨਾ ਹੀ ਪੁੱਛਣਾ ਹੀ ਬਥੇਰਾ ਅਸੀਂ ਨੀ ਡਰ ਗੁਰਸਿੱਖ ਪਿਆਰਿਓ ਉਹ ਕਿੱਥੇ ਮਾਰ ਹੋਵੇ ਛਾਲ ਇਹ ਤਾਂ ਰੱਬ ਦੇ ਪਿਆਰੇ ਹੁੰਦੇ ਹੈ ਜਿਹੜੇ ਕਹਿ ਦਿੰਦੇ ਰੱਬ ਨੂੰ ਕਿਹੜੀ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹੇ ਵਾਹਿਗੁਰੂ ਮੇਰੀ ਤਾਂ ਇੱਕੋ ਬੇਨਤੀ ਹੈ ਕਰਵਟ ਦੇ ਦੋ ਅਰਥ ਨੇ ਇੱਕ ਕਰਵਟ ਲੈਣੀ ਬਦਲ ਜਾਣਾ ਇੱਕ ਕਰਵਟ ਕਰਵਤ ਆਰਾ ਸਿਰ ਕਰਵਤ ਤਰਾਏ ਆਰੇ ਨਾਲ ਸਿਰ ਚਰਾਉਣਾ ਉਹ ਰੱਬ ਦਾ ਪਿਆਰਾ ਕਹਿੰਦਾ ਤੇਥੋਂ ਮੂੰਹ ਮੋੜਨਾ ਮਨਜ਼ੂਰ ਨੀ ਆਰੇ ਨਾਲ ਚਲਾਉਣਾ ਮਨਜ਼ੂਰ ਹੈ ਅੱਜ ਕੇ ਆਖੋ ਸਦਾ ਉਹ ਕੋਈ ਵਿਰਲੇ ਹੁੰਦੇ ਨੇ ਜਿਹੜੇ ਕਹਿਣ ਆਰੇ ਨਾਲ ਚੀਰ ਦੋ ਪਰ ਮਤੀ ਦਾਸ ਨੇ ਸੱਚ ਕਰਕੇ ਦਿਖਾਇਆ ਇਸ ਦੁੱਖ ਨੂੰ ਚੀਰ ਦੋ ਜ਼ਰੂਰ ਪਰ ਮੁੱਖ ਗੁਰੂ ਵੱਲ ਰੱਖਿਓ ਐਨ ਪ੍ਰਤੱਖ ਕਰਤੀ ਉਹਨੇ ਗੱਲ ਕਿੱਥੇ ਛਾਲ ਮਾਰ ਹੋਵੇ ਘੁੰਮੀ ਜਾਵੇ ਆਲੇ ਦੁਆਲੇ ਤੇ ਮਨ ਵਿੱਚ ਪੈ ਗਈਆਂ ਵਿਚਾਰਾਂ ਕਹਿੰਦਾ ਸੱਚੇ ਪਾਤਸ਼ਾਹ ਤਾਂ ਸਿੱਖ ਨੂੰ ਕਦੇ ਮਾਰ ਨਹੀਂ ਸਕਦੇ ਇਹ ਤਾਂ ਮੈਂ ਮਾਫੀ ਮੰਗ ਲੈਣੀ ਸੀ ਉਦੋਂ ਹੀ ਪਤਾ ਨੀ ਕਿੰਨੀ ਉਮਰ ਹੈ ਐਵੀ ਮਰਨਾ ਕਹਿੰਦਾ ਸੜਕੇ ਬਸ ਅਕਲ ਆਈ ਨੀ ਤੇ ਪ੍ਰੇਮ ਗਿਆ ਨੀ ਮੰਨੇ ਲੇਵਾ ਬੇਨਤੀ ਪ੍ਰੇਮ ਤੇ ਅਕਲ ਕਦੇ ਇਕੱਠੇ ਨੀ ਰਹਿੰਦੇ ਜਿੱਥੇ ਅਕਲ ਹੋਵੇਗੀ ਉੱਥੇ ਪ੍ਰੇਮ ਨੀ ਰਹਿਣਾ ਜਿੱਥੇ ਪ੍ਰੇਮ ਹੋਵੇਗੀ ਉੱਥੇ ਅਕਲ ਨੀ ਆਉਣੀ ਅੱਜ ਕਿਉਂ ਪਿਓ ਪੁੱਤ ਦਾ ਪ੍ਰੇਮ ਨੀ ਭਾਈ ਭਾਈ ਭੈਣ ਭਰਾ ਦਾ ਕਿਉਂ ਪ੍ਰੇਮ ਨੀ ਹੈ ਪ੍ਰੇਮ ਕਿਤੇ ਚੀਨ ਨੀ ਗਿਆ ਸਾਰੇ ਅਕਲ ਵਾਲੇ ਹੋ ਗਏ ਅੱਜ ਕੇ ਆਖੋ ਸਾਧਨਾ ਬਾਪ ਡਾਂਗ ਚੱਕੀ ਫਿਰਦਾ 70 ਸਾਲ ਦਾ ਬੁੜਾ ਉਹ ਤਾਂ ਮੁੰਡੇ ਨੂੰ ਡਰਾਉਂਦਾ ਕਹਿੰਦਾ ਜਿਹੜੀ ਤੇਰੇ ਢਿੱਡ ਚ ਪਈਆਂ ਮੇਰੇ ਨੋਹਾਂ ਚ ਪਈਆਂ ਮੈਂ 70 ਸਾਲ ਹੋ ਗਏ ਮੇਰੀ ਕਿਤੇ ਧੌਲੀ ਹੋਈ ਆਈ ਹੈ ਉਹ ਤਾਂ 70 ਸਾਲ ਦਾ ਡਿਪਲੋਮਾ ਚੱਕੀ ਫਿਰਦਾ ਮੁੰਡਾ ਕਹਿੰਦਾ ਮੈਂ 16 ਪੜਿਆ ਤੈਨੂੰ ਊੜਾ ਨੀ ਆਉਂਦਾ ਅੱਜ ਕੇ ਆਖੋ ਸਾਧਨਾ ਉਹ 16 ਦੀ ਡਾਂਗ ਚੱਕੀ ਫਿਰਦਾ ਉਹ 70 ਦੀ ਜਾਂ ਦੋਹਾਂ ਦੇ ਹੱਥ ਵਿੱਚ ਡਾਂਗ ਹੈ ਖੜਕੂਗੀ ਉਹ ਫਿਰ ਭਾਈ ਉਹਨੂੰ ਆਪਣੀ ਬਜ਼ੁਰਗੀ ਦਾ ਮਾਣ ਹੈ ਤੇ ਉਹਨੂੰ ਆਪਣੀ ਪੜ੍ਹਾਈ ਦੋਹਾਂ 'ਚ ਪ੍ਰੇਮ ਕਿੱਥੇ ਹੁਣ ਸ਼ਮਾ ਨਹੀਂ ਹੈ ਭਾਈ ਦਇਆ ਸਿੰਘ ਸਿਰ ਨਹੀਂ ਸੀ ਕਟਾ ਸਕਦਾ ਜੇ ਅਕਲ ਵਰਤਦਾ ਅਕਲ ਵਰਤੀ ਨੋਟ ਕਰਿਓ ਜਾਂ ਸਿਰ ਮੰਗਿਆ ਨਾ ਗੁਰੂ ਗੋਬਿੰਦ ਸਿੰਘ ਜੀ ਨੇ 22,000 ਉੱਠ ਕੇ ਗਿਆ ਸੀ ਇਨ ਰਿਟਨ 5-10-20 ਨਹੀਂ ਸੀ ਗਏ ਕਿਤੇ ਭੁਲੇਖਾ ਹੋਵੇ ਤੁਹਾਨੂੰ 85,000 ਦੇ ਇਕੱਠ ਵਿੱਚੋਂ 22,000 ਬੰਦਾ ਉੱਠਿਆ ਸੀ ਇਕੱਠਾ ਜਾਂ ਵੇਖੀ ਸਾਹਮਣੇ ਤਲਵਾਰ ਤੇ ਗੁਰਸਿੱਖ ਪਿਆਰੇ ਉਹ ਤੁਰਨ ਲੱਗੇ ਕਹਿੰਦੇ ਨਾ 22,000 ਕਹਿੰਦੇ ਆ ਜਾਓ ਜੁੱਤੀਆਂ ਵੀ ਕੱਲ ਨੂੰ ਪਾ ਲੇਗੇ ਜੁੱਤੀਆਂ ਛੱਡ ਗਏ ਅਕਲ ਸੀ ਉੱਥੇ ਉਹਨਾਂ ਨੂੰ ਗਿਆਨੀ ਗਿਆਨ ਸਿੰਘ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ ਕਹਿੰਦੇ ਜੋ ਛਕਾਉਏ ਥੇ ਕੁਣਕੇ ਕੇ ਉਹ ਭਾਜ ਗਏ ਕਿ ਠੁਣਕੇ ਕੇ ਜੁੱਤੀਆਂ ਹੀ ਛੱਡ ਗਏ ਦੂਈ ਵਾਰ ਆਵਾਜ਼ ਦਿੱਤੀ 600 ਬੰਦਾ 700 ਲਿਖਿਆ ਇਤਿਹਾਸ ਵਿੱਚ ਬਹੁਤ ਪੜ੍ਹੇ ਲਿਖੇ ਉਹ ਜਾ ਕੇ ਨਾ ਮਾਤਾ ਗੁਜਰੀ ਦਾ ਦਰਵਾਜ਼ਾ ਟਕਾਉਣ ਲੱਗ ਗਏ ਮਾਤਾ ਜੀ ਕਹਿੰਦੇ ਕੀ ਹੋ ਗਿਆ ਉਹ ਕਹਿੰਦੇ ਮਾਤਾ ਜੀ ਪੁੱਛੋ ਨਾ ਕੀ ਹੋ ਗਿਆ ਛੇਤੀ ਆਓ ਪਤਾ ਨੀ ਸਾਡੇ ਜਾਂਦੇ ਨੂੰ ਕਿੰਨੇ ਪੜ੍ਹਦੇ ਹੋਣੇ ਤੇਰੇ ਮੁੰਡੇ ਨੇ ਬਾਹਰ ਹਟਾਓ ਉਹਨੂੰ ਹਟਦਾ ਪੜ੍ਹਦੇ ਸਿੱਖ ਮਾਤਾ ਜੀ ਕਹਿਣ ਲੱਗੇ ਨੜ ਜਾਓ ਇੱਥੇ ਦਰਬਾਰ 'ਚ ਨਾ ਜਾਇਓ ਮਸੰਦੋ ਜੋ ਮੇਰਾ ਪੁੱਤ ਕਰ ਰਿਹਾ ਮੇਰੀ ਸਲਾਹ ਨਾਲੇ ਕਰ ਰਿਹਾ ਉਹ ਤਾਂ 26 ਦਿਨ ਉਹ ਕਮਰਾ ਬਣਿਆ ਵਾ ਹੁਣ ਵੀ ਆਨੰਦਗੜ੍ਹ ਜਾਇਓ ਇੱਕ ਤਾਂ ਸਾਹਮਣੇ ਨਵਾਂ ਦਰਬਾਰ ਬਣਿਆ ਨਾ ਪੁਰਾਣਾ ਆਨੰਦਗੜ੍ਹ ਕਿਲਾ ਉਹਦੇ ਗੇਟ ਵੜੋਗੇ ਸਾਹਮਣੇ ਇੱਕ ਕਮਰਾ ਆਵੇਗਾ 12x14 ਦਾ ਮਿਣਿਓ ਉਹਦੇ ਗੱਭੇ ਚੌਂਕੜਾ ਬਣਿਆ ਹੋਇਆ ਫਰਸ਼ ਲੱਗਿਆ ਥੜਾ ਇਹ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਮੇਰੇ ਗੁਰੂ ਗੋਬਿੰਦ ਸਿੰਘ ਬਰਾਜ ਦੇ ਹੁੰਦੇ ਸੀ ਅਜੇ ਹੈਗੀ ਤੁਹਾਡੇ ਕੋਲੋਂ ਨਿਸ਼ਾਨੀ ਊ ਤਾਂ ਕੋਈ ਦੁੱਖ ਨਾ ਮਨਾਵੇ ਊ ਤਾਂ ਕਾਰ ਸੇਵਾ ਵਾਲੇ ਨੇ ਫੱਟੇ ਚੱਕਦੇ ਅਜਿਹੇ ਕੋਲ ਸਕਦਾ ਕੋਈ ਗੁਰਸਿੱਖੀ ਦੀ ਇਤਿਹਾਸ ਦੀ ਨਿਸ਼ਾਨੀ ਨਹੀਂ ਛੱਡੀ ਨਾ ਕੋਈ ਪੁਰਾਣੀ ਬਿਲਡਿੰਗ ਨਾ ਕੋਈ ਥੜਾ ਨਾ ਕੋਈ ਦਰਖਤ ਆ ਦੇਖੋ ਚਾਂਦਨੀ ਚੌਂਕ ਜਾ ਕੇ ਬਰੋਟਾ ਸੀ ਉੱਥੇ ਜਿਹਦੇ ਖੇਡ ਸੀਸ ਕੱਟਿਆ ਗੁਰੂ ਤੇਗ ਬਹਾਦਰ ਜੀ ਦਾ ਉਹ ਜੜਾਂ ਤੇ ਹੀ ਪੱਟਤਾ ਹੁਣ ਉੱਥੇ ਮੁੱਢ ਰੱਖਿਆ ਵੈ ਵੀ ਹੁਣ ਇਹ ਤਾਏ ਨੂੰ ਕਾਹਨੂੰ ਰੱਖਿਆ ਹੁਣ ਜਦੋਂ ਤੁਸੀਂ ਪੱਟੇ ਦਿੱਤਾ ਹੁਣ ਇਹਨੂੰ ਵੀ ਫੂਕ ਲਓ ਹੁਣ ਉਹ ਮੁੱਢ ਰੱਖਿਆ ਵੈ ਹੇਠ ਦੇਖੋ 3 ਤਰ੍ਹਾਂ ਇਤਿਹਾਸ ਮਿਲਦਾ ਹੁੰਦਾ ਹੈ ਇੱਕ ਇਤਿਹਾਸ ਦਾ ਸੋਰਜ ਇਨ ਰਿਟਨ ਲਿਖਿਆ ਲਿਖਾਇਆ ਲਿਖਤ ਦੂਜਾ ਇਤਿਹਾਸ ਮਿਲਦਾ ਹੁੰਦਾ ਨਿਸ਼ਾਨੀਆਂ ਸਾਇੰਸ ਉੱਥੋਂ ਇਤਿਹਾਸ ਮਿਲਦਾ ਤੀਜਾ ਇਤਿਹਾਸ ਮਿਲਦਾ ਹੁੰਦਾ ਸੀਨੇ ਬਸੀਨੇ
सारा इतिहास ना लिख हुंदे, ना सारा इतिहास जबानी याद हुंदे, ना सारे इतिहास दियां निशानियां होनियां। ये तीन चीजां कठियां होके इतिहास कंप्लीट होया करदा। बाहरले मुल्कां विच पुरानियां चीजां ते करोड़ां डालर खर्च करके उन्हां नूं सांभ रहे ने, ते यादां रह जाण। असीं सब चक के उत्थे पत्थर लाते भी संगमरमर नूं देख लो, संगमरमर की पूजा करो, तुसीं बनाओ गुरुद्वारे संगमरमर लाओ, पर सतगुरां दियां निशानियां क्यों मिटे रहे ने? जेड़े उन्हां दियां ताजा निशानियां अमर ने उन्हां नूं क्यों मिटे रहे? अज जो हैगा कमरा अजे तुहाडे कोल बचिया होया, उत्थे 26 दिन महाराज ने बंद रह के माता जी दे नाल प्लैनिंग बनाई सी विसाखी दी। मां कहिंदी नरजो मैनूं पता है, तिया बचन कीता, उठिया 22 साल दा जवान मुंडा खत्रियां दा, तुर पिया गुरु गोबिंद सिंह वाले, उहदे नाल दे कहिंदे ना, कहिंदे मूर्खा किधर नूं जाणदा, उहने वढ देणा तैनूं, ते तूं साडे नाल आए है, तेरे घर दे कहिणगे जाके साडा मुंडा बढ़ा था, आ जा बह जा उरे, बस अकल नहीं वरती, तुरी गया तुरी गया। ते वाजा वाए नूं कहिंदा जी हाजिर है सिर। मेरे वर्गे कई ज्ञान सू तां सीधे ही कह देने के बाद ते फड़ के अंदर ले गए झट खता। सकाली सी गल कोई, तुसी मुंडे कुड़ियां ब्याहुंदे हो, नानकियां तक पुछदे हो, दादकियां तक पुछदे हो, पढ़ाई पुछदे हो, कारोबार, ओ तां पुत्तां नालों भी वध रिश्ता शुरू हो रहा प्यारे दा, इन्नी छेती नहीं सी गल हो सकदी। महाराज कहिंदे तेरा नां की है? कहिंदा जी दया राम, जात खत्री, लाहौर लैण वाला लाहौर दा। बाजां वाले बहुत खुश होए, कहिंदे सिखा बड़े मौके ते आए हैं, जिहड़ी चीज मैं अज बनाउण लगे हैं वह दया विचों ही बननी है, वह पैदा ही दया विचों होनी है। की बनाया विसाखी नूं? खालसा धर्म, धर्म पैदा कीता ना, ते धर्म दी मां है दया, मां तो बिना पुत पैदा हुंदा ही नहीं। अज के अको सतनाम, तौल धर्म दया का पूत, मां आ गई ते पुत्र पैदा हो, तू मां है दया मां है। अज वाला कम नहीं खालसियां दा, भी दया मलेर कुटले नहीं बढ़न देनी, तो धर्म का ठेका लिया पै नहीं, दया तो बिना धर्म कितने? सियाने बैठे हो, दया तो धर्म का की संबंध है? मां तो पुत का कदे भी ना कहा करो कि मां ने पुत नू पैदा किया, इतने ना खड़िया करो। आप तो यही कहने मां ने बच्चे नू जन्म दिता है, और नहीं प्रेमियो, जे मां ने पुत नू जन्म दिता है, पुत ने मां नू जन्म दिता है, ਉਹਨੂੰ ਮਾਂ ਕਿਹਾ ਹੀ ਤਾਂ ਇਹਦੇ ਪੁੱਤ ਜੰਮਿਆ। ਕੁਛ ਸਤਨਾਮ, ਜੇ ਪੁੱਤ ਨਾ ਜੰਮਦਾ, ਧੀ ਨਾ ਜੰਮਦੀ, ਉਹਨੂੰ ਮਾਂ ਕਹਿੰਦਾ ਕੌਣ? ਮਾਂ ਬਣੇ ਨਹੀਂ ਸੀ ਸਕਦੀ, ਮਾਂ ਤੋਂ ਬਿਨਾਂ ਪੁੱਤ ਨਹੀਂ, ਪੁੱਤ ਤੋਂ ਬਿਨਾਂ ਮਾਂ ਨਹੀਂ, ਦਇਆ ਤੋਂ ਬਿਨਾਂ ਧਰਮ ਨਹੀਂ, ਤੇ ਧਰਮ ਤੋਂ ਬਿਨਾਂ ਦਇਆ ਨਹੀਂ। ਤੇ ਮਹਾਰਾਜ ਕਹਿੰਦੇ ਕਿਤੇ ਐਵੇਂ ਨਾ ਉੱਠ ਕੇ ਆ ਜਾਈ ਇਮੋਸ਼ਨਲ ਹੋ ਕੇ, ਮੈਂ ਸਿਰ ਵੱਢਣਾ। ਦਇਆ ਰਾਮ ਜੀ ਕਹਿੰਦੇ ਤੁਸੀਂ ਵੀ ਭੁਲੇਖਾ ਨਾ ਕਰੋ, ਮੈਂ ਵੀ ਵਢਾਉਣਾ, ਮੈਂ ਵੀ ਵਢਾਉਣਾ। ਸਤਿਗੁਰ ਕਹਿੰਦੇ ਚੰਗਾ ਫਾਈਨਲ ਹੋ ਲਿਆ, ਤੈਨੂੰ 10 ਮਿੰਟ ਫੇਰ ਦਿੰਦੇ ਆ, ਸੋਚ ਲੈ ਸੌਦਾ ਮਹਿੰਗਾ, ਸੋਚ ਲੈ ਸਿਰ ਦਾ ਸੌਦਾ, ਉੱਥੇ ਵੇਖੋ ਅਕਲ ਤੇ ਪ੍ਰੇਮ। ਦਇਆ ਰਾਮ ਜੀ ਕਹਿੰਦੇ ਸਤਿਗੁਰ ਮੈਂ ਨਹੀਂ ਸੋਚਣਾ, ਤੁਸੀਂ ਛੇਤੀ ਵੱਢੋ। ਫੇਰ ਕਿਹਾ, ਕਹਿੰਦਾ ਮਹਾਰਾਜ ਵਾਰ ਵਾਰ ਨਾ ਕਹੋ ਮੈਂ ਨਹੀਂ ਸੋਚਣਾ, ਵੱਢੋ। ਤੇ ਸਤਿਗੁਰ ਗੋਬਿੰਦ ਰਾਏ ਪਾਤਸ਼ਾਹ ਜੀ ਕਹਿਣ ਲੱਗੇ, ਉਹ ਸਿਰ ਦਾ ਸੌਦਾ ਕਰਨ ਲੱਗੇ ਤਾਂ ਸੋਚਣਾ ਨਹੀਂ, ਕਾਰਨ ਕੀ ਹੈ? ਹੱਥ ਬੰਨ ਕੇ ਦਇਆ ਰਾਮ ਜੀ ਕਹਿੰਦੇ ਸਤਿਗੁਰ ਮੈਂ ਸੋਚਾਂ ਤਾਂ ਜੇ ਸਿਰ ਮੇਰਾ ਹੋਵੇ, ਮੈਂ ਕਾਹਨੂੰ ਸੋਚਾਂ, ਸਿਰ ਵੀ ਤੇਰਾ ਤੇ ਵੱਢਣਾ ਵੀ ਤੈਂ, ਮੈਂ ਕਾਹਨੂੰ ਚਿੰਤਾ ਕਰਾਂ? ਜੇ ਸਿਰ ਮੇਰਾ ਹੁੰਦਾ ਮੈਂ ਤਾਂ ਜੁੱਤੀ ਵੀ ਨਾ ਪਾਉਂਦਾ, ਮੈਂ ਤਾਂ ਨੜ ਜਾਂਦਾ, ਮੈਨੂੰ ਕੋਈ ਅਕਲ ਦੀ ਲੋੜ ਨਹੀਂ। ਬਸ ਯਾਦ ਰੱਖਿਓ, ਅਕਲ ਤੇ ਇਸ਼ਕ, ਅਕਲ ਤੇ ਪ੍ਰੇਮ ਕਦੇ ਇਕੱਠੇ ਨਹੀਂ ਰਹਿਣਗੇ। ਜੇ ਗੁਰੂ ਨਾਲ ਪ੍ਰੇਮ ਕਰਨੇ ਤਾਂ ਅਕਲ ਨੂੰ ਜੁੱਤੀਆਂ ਵਿੱਚ ਖੜੀ ਕਰਿਆ ਕਰੋ। ਖਾਲੀ ਭਾਂਡਾ ਲੈ ਕੇ ਆਓ ਦਿਮਾਗ ਦਾ, ਖਾਲੀ ਭਾਂਡੇ ਵਿੱਚ ਖੈਰ ਪੈਂਦੀ ਹੁੰਦੀ ਹੈ, ਜੇ ਭਰਿਆ ਹੀ ਚੱਕੀ ਫਿਰੀਏ ਤੇ ਕਿੱਥੇ ਦੁੱਧ ਪਊਗਾ? ਨਾਲੇ ਸਾਡਾ ਭਾਂਡਾ ਭਰਿਆ ਪਾਣੀ ਨਾਲ, ਗੁਰ ਉਪਦੇਸ਼ ਹੈ ਦੁੱਧ, ਪਹਿਲਾਂ ਪਾਣੀ ਡੋਲੋ ਤੇ ਤਾਂ ਹੀ ਪਊਗਾ। ਅੱਜ ਕੇ ਆਖੋ ਸਤਨਾਮ, ਇੱਥੇ ਤਾਂ ਹੁਣ ਸਮਾਂ ਨਹੀਂ, ਤੁਸੀਂ ਤਾਂ ਚਲੋ ਇਹ ਨਾ ਕਿਹੋ ਕਿ ਸੰਤ ਸਾਨੂੰ ਕਹਿੰਦਾ, ਇੱਥੇ ਸਿੱਖਣ ਵਾਲੇ ਬਹੁਤ ਘੱਟ ਆਉਂਦੇ ਹੈ, ਇੱਥੇ ਤਾਂ ਸਾਨੂੰ ਸਿਖਾਉਣ ਆਉਂਦੇ ਹੈ। 29 ਦਿਨ ਸਿੱਖ ਗੁਰਦੁਆਰੇ ਨਹੀਂ ਜਾਂਦਾ, 30ਵੇਂ ਦਿਨ ਜਾ ਕੇ ਪਹਿਲਾਂ ਗ੍ਰੰਥੀ ਦੇ ਗਲ ਪਊਗਾ, ਤੈਨੂੰ ਰੁਮਾਲੇ ਲਾਉਣੇ ਨਹੀਂ ਆਉਂਦੇ। ਕਮੇਟੀ ਵਾਲਿਆਂ ਨੂੰ ਕਹਿਣਗੇ ਇਹਨਾਂ ਦਾ ਪ੍ਰਬੰਧ ਠੀਕ ਨਹੀਂ, ਵੀ ਤੇਰੇ ਹੱਥ ਦੁਖਦੇ ਆ, ਤੂੰ ਸਵਾਰ ਦੇ ਰੁਮਾਲੇ, ਅਸੀਂ ਸਿਖਾਉਣ ਆਉਂਦੇ ਹਾਂ, ਸਿੱਖਣ ਨਹੀਂ ਆਏ। ਗੁਰਸਿੱਖ ਪਿਆਰਿਓ, ਮਾਰੀ ਜਾਵੇ ਚੱਕਰ ਕਿੱਥੇ ਵੱਜੇ ਛਾਲ, ਅਕਲ ਆ ਗਈ ਖੱਬੇ, ਅਕਲ ਪ੍ਰੇਮ ਗਿਆ, ਇਹਨੇ ਨੂੰ ਇੱਕ ਚੋਰ ਆ ਗਿਆ। ਗੁਰਸਿੱਖ ਪਿਆਰਿਓ ਚੋਰ, ਉਹ ਵੀ ਜੰਗਲ ਜੰਗਲ ਉਜਾੜ ਵਿੱਚ,
ਵੰਡੋਕਲੀ ਬੰਨੀ ਹੋਈ ਖੱਦਰ ਦੇ ਪਰਨੇ ਵਿੱਚ ਕਾਂਟੇ ਮੁੰਦੀਆਂ ਕੜੇ ਕਾਂਠੇ ਚਾਂਦੀ ਦੇ ਰੁਪਈਏ ਪੰਜ ਛੇ ਘਰਾਂ ਨੂੰ ਪਾੜ ਲਾ ਕੇ ਲਿਆਇਆ। ਉਹਨੇ ਜਦ ਦੇਖਿਆ ਵੀ ਇਹ ਬੰਦਾ ਅੱਗ ਦੇ ਆਲੇ ਦੁਆਲੇ ਕਿਉਂ ਘੁੰਮਦਾ, ਇਹ ਤਾਂ ਗੁੱਸੇ ਹੋ ਕੇ ਆਇਆ ਵੀ ਮਰੂਗਾ, ਤਾਂ ਛਾਲ ਮਾਰਨ ਲੱਗੇ। ਉਹ ਚੋਰ ਨੇ ਜਾ ਕੇ ਬਾਂਹ ਤੋਂ ਫੜ ਲਿਆ ਖੀਰ ਖਾਣੇ ਸਿੱਖ ਨੂੰ, ਕਹਿੰਦੇ ਭਾਈ ਲੜਾਈਆਂ ਤਾਂ ਹੋਣੀਆਂ ਪਰ ਜਲੀਦਾ ਨਹੀਂ ਹੁੰਦਾ ਗੁੱਸਾ ਦੇਣਾ, ਐਵੇਂ ਕਾਹਨੂੰ ਗੁੱਸਾ ਕਰਦਾ, ਤੈਨੂੰ ਘਰ ਛੱਡ ਕੇ ਆਵਾਂ। ਤੇ ਉਹ ਭਾਈ ਖੀਰ ਖਾਣਾ ਸਿੱਖ ਕਹਿੰਦਾ ਭਾਈ ਮੈਂ ਲੜਕੇ ਨਹੀਂ ਆਇਆ, ਫਿਰ ਮਰਦਾ ਕਿਉਂ ਹੈ, ਅੱਗ ਮੱਚੀਏ ਤੂੰ ਛਾਲ ਮਾਰਨ ਲੱਗੇ। ਕਹਿੰਦਾ ਮੈਨੂੰ ਮੇਰੇ ਗੁਰੂ ਅੰਗਦ ਦੇਵ ਜੀ ਦਾ ਬਚਨ ਹੈ ਕਿ ਛਾਲ ਮਾਰ ਤੇਰੇ ਪਾਪ ਕੱਟੇ ਜਾਣਗੇ, ਮੈਂ ਪਾਪੀ ਹਾਂ ਬਹੁਤ, ਗੁਰੂ ਦਾ ਬਚਨ ਹੈ। ਇੱਥੇ ਹੁਣ ਯਾਦ ਰੱਖਿਓ ਇੱਕ ਬਾਣੀ ਦਾ ਅਰਥ, ਸੰਜੋਗ ਵਿਜੋਗ ਦੋ ਇੱਕ ਕਾਰ ਚਲਾਵੇ, ਜਿਹੜੀ ਤੁਹਾਡੀ ਪ੍ਰਾਰਭਤ ਹੈ ਨਾ ਕਿਸਮਤ, ਉਹਦੇ ਦੋ ਅੰਗ ਨੇ ਬਾਣੀ ਵਿੱਚ, ਇੱਕ ਸੰਜੋਗ ਕਰਮੇ ਇੱਕ ਵਿਜੋਗ ਕਰਮੇ। ਰਹਿ ਰਾਸ ਵਿੱਚ ਵੀ ਪੜ੍ਹਦੇ ਹੋ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਉੱਥੇ ਵੀ ਸੰਜੋਗ ਵਿਜੋਗ ਹੈ, ਸੰਜੋਗ ਕਰਮ ਵਿਜੋਗ ਕਰਮ। ਜਦੋਂ ਤੁਹਾਡਾ ਪ੍ਰਾਰਭਤ ਵਿੱਚ ਸੰਜੋਗ ਕਰਮ ਆਉਣਾ ਹੈ ਨਾ, ਬਿਨਾਂ ਹੀ ਕਰੇ ਤੋਂ ਬਿਨਾਂ ਹੀ ਕੋਸ਼ਿਸ਼ ਤੋਂ ਬਹੁਤ ਕੁਝ ਪ੍ਰਾਪਤ ਹੋ ਜਾਣਾ, ਕੁਝ ਕਰਨਾ ਨਹੀਂ ਪੈਣਾ, ਇੱਜ਼ਤ ਧਨ ਦੌਲਤ ਵਡਿਆਈ ਉਹ ਸੰਜੋਗ ਕਰਮ ਹੈ। ਜਦੋਂ ਪ੍ਰਾਰਭਤ ਵਿੱਚ ਵਿਜੋਗ ਕਰਮ ਆ ਗਿਆ, ਕਿਸੇ ਨੂੰ ਲੁੱਟਣ ਦੀ ਲੋੜ ਨਹੀਂ, ਬਟੂਆ ਜੇਬ ਚੋਂ ਆਪੇ ਗਿਰ ਜਾਣਾ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਸਕੂਟਰ ਤੇ ਗਿਰ ਕੇ ਹੀ ਲੱਤ ਤੜਾ ਲੇਗਾ, ਉਦੋਂ ਵਿਜੋਗ ਕਰਮ ਹੈ। ਇਹ ਦੋ ਕਰਮ ਸਾਡੇ ਸਰੀਰ ਦੀ ਕਾਰ ਕਿਰਿਆ ਚਲਾ ਰਹੇ ਨੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਇਹਨਾਂ ਦੇ ਅਧੀਨ। ਹੁਣ ਜਿਹੜਾ ਸਿੱਖ ਸੀ ਨਾ ਗੁਰਮੁਖੋ, ਉਹਦਾ ਆ ਗਿਆ ਵਿਜੋਗ ਕਰਮ, ਤੇ ਜਿਹੜਾ ਚੋਰ ਸੀ ਉਹਦਾ ਪ੍ਰਗਟ ਹੋ ਗਿਆ ਸੰਜੋਗ ਕਰਮ। ਉਹ ਕਹਿੰਦਾ ਸਿੱਖਾ ਗੁਰੂ ਦਾ ਬਚਨ ਹੈ, ਕਹਿੰਦਾ ਹਾਂ, ਸਾਰੇ ਪਾਪ ਕੱਟ ਹੋ ਜਾਣਗੇ ਜੇ ਛਾਲ ਮਾਰ ਕੇ ਮਰ ਜਾਵਾਂ, ਪਰ ਮਰ ਹੁੰਦਾ ਨਹੀਂ ਹੁਣ। ਚੋਰ ਕਹਿੰਦਾ ਫਿਰ ਸਿੱਖਾ ਏਦਾਂ ਕਰ, ਆ ਵੇਖ ਕਿੰਨੀ ਮਾਇਆ ਪਈ ਹੈ, ਪੰਜ ਛੇ ਘਰ ਮੁਹਾ ਕੇ ਆਇਆ ਮੈਂ, ਚੋਰੀ ਕਰਕੇ ਆਇਆ, ਕਿੰਨਾ ਸਿਉਣਾ ਚਾਂਦੀ ਮੋਹਰਾ ਕਿੰਨਾ ਧਨ ਹੈ, ਕਿਰਪਾ ਕਰ ਸਾਰਾ ਤੂੰ ਲੈ ਲੈ ਤੇ ਗੁਰੂ ਦਾ ਬਚਨ ਮੈਨੂੰ ਦੇ ਦੇ, ਤੇਰੀ ਜਗ੍ਹਾ ਮੈਂ ਮਰਦਾ। ਬਾ ਮਾਇਆ ਦੇਖੀ ਨੀ, ਫਿਰ ਤੁਹਾਨੂੰ ਪਤਾ ਹੀ ਹੈ ਮਾਇਆ ਨੂੰ ਬਾਣੀ ਨੇ ਕਹਿਤਾ, ਮਾਇਆ ਮਮਤਾ ਮੋਹਣੀ ਨੇ, ਮਾਇਆ ਮਮਤਾ ਮੋਹਣੀ ਨੇ, ਬਿਨ ਦਾਨਾ ਜਗ ਕਾਇਆ ਇਸ ਮਾਇਆ ਮਮਤਾ, ਇਹ ਮਾਇਆ ਮਮਤਾ ਮੋਹਣੀ ਨੇ, ਬਿਨ ਦਾਨਾ ਜਗ ਕਾਇਆ ਇਸ ਮਾਇਆ ਮਮਤਾ, ਇਹ ਮਾਇਆ ਮਮਤਾ ਮੋਹਣੀ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜੱਗ ਖਾਇਆ। ਬਸ ਜਦੇ ਮਨ ਭਰਮ ਗਿਆ ਗੁਰਮੁਖੋ, ਕਹਿੰਦਾ ਚੰਗਾ ਫਿਰ ਭਾਈ ਅਸਮਾਨ ਮੈਨੂੰ ਦੇ ਦੇ, ਮੈਂ ਘਰ ਨੂੰ ਜਾਣਾ, ਇੰਨੇ ਮਾਲ ਨਾਲ ਤਾਂ ਪੁੱਤ ਪੋਤੇ ਵੀ ਰੱਜ ਜਾਣਗੇ, ਇੰਨਾ ਸਿਉਣਾ ਚਾਹੁੰਦੀ। ਭਰਮ ਗਿਆ ਮਾਨੇ, ਗੁਰੂ ਅੰਗਦ ਦੇਵ ਜੀ ਦਾ ਬਚਨ ਵੇਚ ਦਿੱਤਾ, ਬੜਾ ਖੁਸ਼ ਹੋਇਆ, ਲੈ ਕੇ ਤੁਰ ਪਿਆ। ਕਹਿੰਦਾ ਕਿਤੇ ਫੇਰ ਨਾ ਚੋਰ ਬਦਲ ਜਾਵੇ, ਫੇਰ ਨਾ ਕਿਤੇ ਲੈ ਲਵੇ, ਤੁਰ ਗਿਆ ਜਦੇ ਤੇ ਚੋਰ ਦੇਖੋ ਉਹਦਾ ਸੰਜੋਗ ਕਰਮ। ਜਦ ਭਾਗ ਖੁੱਲਦੇ ਨੇ, ਖੜ ਕੇ ਅਰਦਾਸ ਕੀਤੀ ਚੋਰ ਨੇ ਕਿ ਹੇ ਗੁਰੂ ਅੰਗਦ ਦੇਵ ਜੀ, ਮੇਰੇ ਕੋਈ ਚੰਗੇ ਭਾਗ ਨੇ ਜਿਹੜਾ ਤੁਹਾਡਾ ਬਚਨ ਮੈਨੂੰ ਮਿਲਿਆ, ਇਹਨੂੰ ਤਾਂ ਭੁਲੇਖਾ ਸਿੱਖ ਨੂੰ ਕਿ ਮੁੱਲ ਲਿਆ, ਪਰ ਗੁਰੂ ਅੰਗਦ ਦੇਵ ਜੀ ਤੇਰੇ ਬਚਨ ਤਾਂ ਕਦੇ ਮੁੱਲ ਮਿਲ ਨਹੀਂ ਸਕਦਾ। ਦੇਖੋ ਸੰਜੋਗ ਕਰਮ ਪ੍ਰਗਟ ਹੁੰਦਾ ਜਦੋਂ, ਤੇ ਭੁਲੇਖਾ ਮੈਂ ਵੀ ਨਾ ਖਾਵਾਂ, ਇਹ ਜਿਹੜਾ ਮੈਂ ਧਨ ਦੌਲਤ ਦਿੱਤਾ ਹੈ ਤੇਰੇ ਸਿੱਖ ਨੂੰ, ਇਹ ਮੇਰਾ ਨਹੀਂ, ਇਹ ਵੀ ਚੋਰੀ ਦਾ ਹੀ ਹੈ, ਅੱਜ ਖੇ ਕੋਈ ਸਤਨਾਮ। ਮੁੱਲ ਤਾਂ ਹੁੰਦਾ ਜੇ ਮੇਰੀ ਕਮਾਈ ਹੁੰਦੀ, ਇਹ ਤਾਂ ਮੇਰੇ ਕਰਮ ਜਾਗੇ ਨੇ ਕਿ ਮੈਨੂੰ ਗੁਰੂ ਕੇ ਬਚਨ ਮਿਲੇ ਨੇ। ਇਹ ਸਤਿਗੁਰੂ ਮੈਂ ਚੋਰ ਹੈ, ਪਾਪੀ ਹੈ, ਬਹੁਤ ਪਾਪ ਕੀਤੇ ਨੇ, ਪਰ ਤੇਰੇ ਬਚਨ ਤੇ ਮੈਨੂੰ ਭਰੋਸਾ ਹੈ, ਹੁਣ ਮੈਂ ਛਾਲ ਮਾਰ ਕੇ ਮਰਨ ਲੱਗੇ, ਕਿਰਪਾ ਕਰਕੇ ਮੈਨੂੰ ਤਾਰ ਦੇ। ਉਧਰ ਉਹ ਤੁਰਿਆ ਜਾਵੇ, ਉਧਰ ਤਿਆਰੀ। ਇੱਥੇ ਦੋ ਗ੍ਰੰਥ ਨੇ ਸਿੱਖ ਇਤਿਹਾਸ ਦੇ ਭਾਈ,
श्रोमणी ग्रंथ है सूरज प्रकाश जिहदी पंजां तख्तां ते कथा हुंदी है रोज टकसालां विच हुंदी है। ये जिन्ने हुण दे ये किताबां कतूबां लिखियां ना ज्ञानियां ने पी एच डियां ने ये सब सूरज प्रकाश की नकल है। नौए अपने आधार सारा सूरज प्रकाश है, मसाला उतो ही मिले, नौ अपने लिखी जाने। ते गुरसिख प्यारे हो एक होर ग्रंथ है ओ सूरज प्रकाश तो 60 साल पहला लिखो है, पूरे 60 साल ओ लिखे है ज्ञानी शमेर सिंह जी महाराज ने। ज्ञानी शमेर सिंह जी तख्त पटना साहब के महंत होंगे सी और श्री अमृतसर साहब पढ़े हो। मैं बिल्कुल सच्चाई हो कहने कि ओह जा विद्वान मुड़ के नहीं जमे, एडे विद्वान सी तख्त पटना साहब के महंत ज्ञानी शमेर सिंह जी। उन्होंने दो ग्रंथ लिखे ने सूरज प्रकाश तो 60 साल पहला, एक लिखे है खालसा शतक, एक लिखे है 10 गुरु जोत प्रकाश। ये दो ग्रंथ ने उन्होंने आ जेड़े बचन मैं खीर खाने सिख दे तुहानू पेश कर रहे हैं ये उन्होंने भी लिखे हैं। उस ग्रंथ विच भी दर्ज है गुरु अंगद देव जी दे सिख दी कथा, खीर खाने सिख दी कथा। उत्थे गुरसिख प्यारे हो दो रहां लिखियां ने उन्होंने, एक तो जदों छाल मारन लग्या ते उदों ही गुरु का लकड़ा लैण वाला सिख आ गया, लंगर दियां लकड़ां लैण वाला उन्हें बचा लिया। कहिंदा एदां नहीं जलीदा आ तैनूं गुरु दे कोल ले जावां। उस चोर नूं गुरु अंगद देव दे कोल लै गया सिख, ते चोर गुरु दा सिख ब्रह्म ज्ञानी होया। फिर बाद विच इन्नी कृपा हो गई वो जेड़ा मेरे वर्गा बचन बेच के तुर पिया ना वो रस्ते च सलाह कर ली, कहिंदा खोल के देख लवां किन्ना कमाल है, कांटे किहड़ी नूं नूं देने है, कड़ा किहड़े मुंडे नूं देना है, मुंदी किहनूं आप क्या रखूंगा। वो रस्ते च फलूलन लग गया, चोरी का माल लियाउणा सिखाला है, खपाउणा औखा है, आखो साधना कि खपदा नहीं अफरेवा कर दिंदा है। उधर जिन्हां दे 6-7 घर उन्हें लुटे थे वो भी टोलते फिरते थे गुरमुख मिले कि सेवा करिए, वो कितने रामला पाए थे जिन्हां दा इन्ना माल चक लिया वो भी टोलते आ गए। वो अपनी मौज में खोली जाए देखी जाए पता ही नहीं भी कहड़ा माल है, ये परमा दिंदी है माया महोदा। फिर हाल यह होया जंगल च कुट कुट के मारता, किसी ने संस्कार भी नहीं कर। दोहां गल्लां चुन जिहड़ी चुननी है तुसीं चुन लिओ कि गुरु के बचन भुलने हैं कि कमाने हैं। जे तो गुरु के बचन सुन के मनोगे फिर गुरु अंगद दे नाम दे नाल चोर तो गुरु दा सिख बन गया। ते जे भाई छड़ांगे उहनू भी मिल गए सी लुटन वाले जिन्हां दी चोरी होई सी, अपने भी आले दुआले धर्मराज आले फिरदे आखो सतनाम सुख अपने नाल भी नहीं बीतनी। सो गुरसिख प्यारिओ जिन्हें बचन सुनदे हो इत्थे आ जाणा संगत विच ये खेत की तैयारी है, इत्थे आके सुनना बीज का बीजना है, सुन के मन लेना बूटा तैयार होना है, ते मन के कमा लेना उन्हूं फल लगना है। वो है फल, मन के बचन कमा देना सिरे तक रख देना वो है फल। सरवण मनण निध्यासन। 2 मिनट च तुहानूं एक गल कह के समाप्ति, खंड पाठ कराओ, लंगर लाओ, तीर्थां ते जाओ, बाबिआं दे डेरिआं कोल जाओ, लोइयां दो, पैसे दो, जो मर्जी करते रहो, ये मंजिल ते पजाउण वालियां चीजां नहीं है। बहुत प्यार नाल सुनियो, ये मंजिल नहीं है, ये साधन है, ये प्रोसीजर है, ये जरिया है। पौड़ी कदे चबारा नहीं हुंदी ते नलका कदे पानी नहीं हुंदा, वहम ना करियो। पौड़ी अगली मंजिल ते पुजण दा साधन है ते नलका पानी कढ़ण दा साधन है। खुद नलका पानी नहीं हुंदा, मोटरां पानी नहीं हुंदियां, पानी कढ़ण दा साधन है। पौड़ियां चबारा नहीं हुंदियां, चबारे च जाण दा साधन है। पर अज आपां पौड़ी नूं फड़ के खड़ गए, नलके नूं फड़ के खड़ गए। कर्म कांड कोई पौड़ी नूं फड़ के खड़ा रहे गब्बे, हेठले हेठ लै गए, उपरले दिखण गए डैडी आया ही नहीं, आखो साधना वह मंजिल नहीं है। ये जितने भी कर्म कांड ने यह मंजिल तक पहुंचाउण दे साधन ने, पर मंजिल नहीं है। मंजिल की है, गुर का बचन बसै जी नाल, एक है मन लो बचन गुरु दा बस। कर्म कांड दी लोड़ नहीं, जप जी साहब दी अद्धी तुक पढ़ लो सारी भी लोड़ नहीं। जे तुसी धर्मी बनना है अद्धी तुक जप जी साहब दी देखो किथे ने वेड़ता। बाबे नानक ने धर्म दी फलासफी इत्थे डांग चक्की फिरदे सारे धर्म आपो अपने, पर बाबा नानक कहिंदा जे तू धर्मी बनना है तां मन्ने धर्म होवै संबंध।
देखो कैसे बचन गुरु का वचन मन ले तेरा धर्म ना रिश्ता जुड़ जूगा। मन धर्म हो वै संबंध संबंध कही रिश्ता कोई और कर्म कांड नहीं दसिया वचन मन ले गुरु दा तू धर्मी बन गया। इसे नु कहता हुक्म मन्या हो वै प्रवान तां खसम का महल पाए सी। अज मैं एक वचन करना बीबिया नु मन लेन गया भाई तुसी कमाल होंगे तुसी ते गुरु दी खुशी थानू मिल जू। मैं इको वचन है थानू अज जिन्या सिख बीबिया बैठी है अज पढ़न करके जाना है तुसी के अज तो बाद किसे बच्चे दे केस नहीं कटने। बस इना ही वचन कर लो इना वचन मान लो गुरु दा बच्चिया दे केस कटन तो हट जाओ सतगुरां दी थोड़े ते खुशी हो खुशी है पनीरी तैयार कर दोगे। मन मत विच पै गया भैनो तुसी जेड़ा बच्चा नहीं मानता मां विच शक्ति है मना सकती है मां विच सहनशीलता बहुत है। बच्चे नूं वेख्या नहीं मां कुटदी हो नाल खड़े दी गोदी नहीं चढ़ू फिर भी मां कोले जाऊ विचार होर ला लै अज के कुछ साधना। देखो मां ते बच्चे का प्यार दुए को नहीं जाऊगा चाहे चपेड़ा बादिया मां को जाऊ तुहाडे विच शक्ति है पर तुसी उद्यम छड़ दिता। मैं 2.5 साल का न्याणा नहीं होंगे जब कद्दू हजामत कर देनी है 2 साल का मुंडा होया तो घरोठना बनाता है ना फिर बाबिया को चक्की फिर दी मेरे को बहुत आनी है अगर बाबा जी मुंडा ढिला रहा तो सिर पर हाथ रखो जब बाबा उधर देखता तो सिर ही नहीं है हाथ पता नहीं कितने रखे सिर है ही नहीं। ये हसो ना जिस नोट विच मोहर ना हो वे, वो नोट नहीं होंगे कागज होंगे जिस सिख को केस नहीं वो सिख नहीं होंगे। नोट नू मोहर तो बिना नोट कहना साड़ी गलती है दिखूगा चलूगा नहीं केसो तो बिना सिख कहना साड़ी गलती है उन्हें चलना नहीं दरगाह विच एवी नाले मैं तो हूं ही हाथ फेरदा न्याणिया दे मैनू पता है जे हाथ फेर तो छिलिया जाऊगा कंडिया वर्गे बाल है अज खे कुछ एवं मल मल आंदा फिर मैं 5 रुपये पिछे किधर नू तुर पी उ अमरीका मिलेगी कि मैनू बीबी डालर डूलर तो सोने दने 2 न्याणे मेरे मूहे न करी जाए बाबा जी सिर पर हाथ फेरो। मैं क्या बीबी है मुन्ने कहते हैं कहती बाबा जी थानू पता ही है इतने जॉब इसका काम है कद सिर बाहवा कद नलाव कद पग बन्ना मैं कमे मकाता। मैं क्या बीबी बहुत सियानी है अपना भी मका लिखे आखो तेनू भी शैंपू लाना पैदा हो कंघी चकनी पऊ बन तू भी करोटनी बीबी थानू कोई हक नहीं बच्चों मनण का जे बीबी साड़ी कोई बच्चे मनती है ओनू खुद केस रखने का भी हक नहीं है। तुसी मोर चला रही हो गुरु दी कुछ अपना फर्ज समझो बहुत वड्डा मान गुरु घर ने तुहानू दित्ता है मुसलमान वीरां दा शहर है साड्यां दा साडे वीर ने किसी मुसलमानी नू नवाज पढ़न का हक नहीं है। पुछ ले वैसे कि बीबियां नवाज पढ़दियां ने नहीं पढ़ सकदियां मुसलमान नवाज पढ़ेगा उहदे घर वाली नहीं पढ़ सकती हिंदू वीर बैठे ने ब्राह्मण जनेऊ पा सकता घरवाली जनेऊ नहीं पा सकती। एक ब्राह्मण दे घरवाली दे मेरे जनेऊ पा के दिखायो आके नहीं है उन्हों मुसलमान भैन नवाज नहीं पढ़ सकती हिंदू भैन जनेऊ नहीं पा सकती एक तुसी हो तुहानू हक दिता है। बाजा वाले कहिंदे जे मेरा पुत कृपान पाऊगा मेरी धी भी कृपान पाऊगी जे मेरा पुत 5 बाणियां पढ़ू मेरी धी भी 5 बाणियां पढ़ूगी जे मेरा पुत दरबार हरिमंदर साहब जाऊगा मेरी धी भी जाऊगी जे मेरा पुत कीर्तन करूगा मेरी धी भी कीर्तन करूगी। एडा वड्डा मान तुहानू दिता फिर उस गुरु की मोहर चलाओ तुसी उस गुरु नू भुलो तुहानू बेनती इन्नी ओ है कि बचन मन लो किस गुरु का मोहर है बच्चों सांभो। तुहानू एक होर बेनती है भाई गुरुद्वारे बनाउण ते हड़जो बहुत बन गए खंड बाड़ घट कर लो कोई फायदा नहीं थोड़े संघ मरमर का लाई जाओ गुमज बनाई जाओ इतने 50 लाख की कोठी बना लियो मलेरकोटले 50 लाख की मार्बल लायो मकड़ाने का सागवान लायो नागपुर का भेट करायो डीको जो मर्जी कर लियो वो कोठी तो चंगी लगती है जे कोठी वाले की औलाद हैगी जे पुत धी नहीं तो कोठी किस काम है। वह गुरुद्वारे भी तो चंगे लगन गए जे बिच बैठन वाले गुरु दे सिख हैंगे जे गुरु दे पुते नहीं तो इटा नू की करना है।
सारा जोर सारा धन सारी शक्ति एवी ना गुआओ कर्म कांड विच सब तो वध खर्च सब तो वध ध्यान गुरसिखी दे प्रचार वल ला दो। सिखी कद बचनी है जे कर कर अंदर धर्मसाल होवे कीर्तन सदा बसो। कर कर बाणी दिया गूंजा कर कर कीर्तन होवे कर कर गंदार काट ना बजे धुन उपजे उदो गुरसिखी पाई ए बचन गुरु दे मान लो गुर का बचन बसे जी नाले जल नहीं डूबे तस्कर नहीं लेवे पहा न सके जाले आओ समाप्ति करिए।